ਤੇ ਸ਼ੁਕਰ ਹੈ ਲੁਧਿਆਣੇ ਵਿੱਚ ਵੀ ਮੀਂਹ ਪਿਆ ਨਹੀਂ ਤਾਂ ਬੁਰਾ ਹੀ ਹਾਲ ਸੀਗਾ ਦੇਖੋ ਇਧਰ ਬੱਚੇ ਲੈ ਰਹੇ ਨੇ ਮੀਂਹ ਦੇ ਨਜ਼ਾਰੇ ਤੇ ਅਸੀਂ ਵੀ ਨਹਾ ਰਹੇ ਨੇ ਬੜੀ ਮੁਸ਼ਕਿਲ ਨਾਲ ਮੀਂਹ ਪਿਆ ਕਿਉਂਕਿ ਸਾਡੇ ਲੁਧਿਆਣੇ ਵਿੱਚ ਤਾਂ ਨਾ ਬਹੁਤ ਬੁਰਾ ਹਾਲ ਹੈ ਮੀਂਹ ਕਰ ਗਰਮੀ ਕਰਕੇ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਅਸੀਂ ਚਲੋ ਅਸੀਂ ਆਪਣਾ ਅੱਜ ਵਲੌਗ ਕਰ ਲੈਨੇ ਆ ਸਟਾਰਟ ਤਾਂ ਚਲੋ ਜੀ ਵੀਡੀਓ ਵਿੱਚ ਤੁਸੀਂ ਬਣੇ ਰਹੋ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ ਜੀ ਸ਼ੇਅਰ ਵੀ ਕਰ ਦਿਆ ਕਰੋ ਤੇ ਸਪੋਰਟ ਕਰ ਦਿਆ ਕਰੋ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਤੁਹਾਡੀ ਸਪੋਰਟ ਨਹੀਂ ਆਉਂਦੀ ਹੈਗੀ ਸਪੋਰਟ ਤਾਂ ਤੁਸੀਂ ਕਰਦੇ ਹੋ ਬਟ ਦਿਖਦੇ ਨਹੀਂ ਆ ਉਹ ਤਾਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਸਪੋਰਟ ਜ਼ਰੂਰ ਕਰ ਦਿਆ ਕਰੋ ਤੇ ਬੱਚੇ ਉਧਰ ਚਲੇ ਗਏ ਨੇ ਹੁਣ ਮੈਂ ਵੀ ਜਾਵਾਂਗੀ ਬਾਰਿਸ਼ ਵਿੱਚ ਨਹਾਣ ਤੇ ਅਸੀਂ ਰੀਲਾਂ ਸ਼ੀਲਾਂ ਬਣਾਣੀਆਂ ਲੈ ਤੇ ਤੁਸੀਂ ਸ਼ਾਰਟ ਵੀ ਮੇਰੀਆਂ ਵੀਡੀਓਜ਼ ਦੇਖਿਆ ਕਰੋ ਅਸੀਂ ਬੜੇ ਉੱਥੇ ਜ਼ਬਰਦਸਤ ਡਾਂਸ ਕਰਦੇ ਨੇ ਤਾਂ ਦੇਖੋ ਇਧਰ ਬੱਚੇ ਇੱਕ ਲੱਗੇ ਵੇ ਖੂਬ ਮਸਤੀ ਕਰਨ ਇਧਰ ਰੰਮੂ ਹੈ ਇਹ ਅੱਜ ਇਹਨੇ ਨਜ਼ਾਰੇ ਲੈ ਲਏ ਵਰਖਾ ਵਿੱਚ ਨਹਾ ਨਹਾ ਕੇ ਤਾਂ ਇੱਥੇ ਜੀ ਹੁਣ ਮੈਂ ਵੀ ਕਹਿਣਾ ਫੋਨ ਉੱਥੇ ਮੈਂ ਲੈ ਕੇ ਜਾ ਨਹੀਂ ਸਕਦੀ ਕਿਉਂਕਿ ਫੋਨ ਜਾਣਾ ਮੇਰਾ ਭਿੱਜ ਤਾਂ ਚਲੋ ਜੀ ਅਸੀਂ ਇੱਥੋਂ ਹੀ ਆਪਣਾ ਕਰਾਂਗੇ ਸਟਾਰਟ ਤੁਸੀਂ ਬਣੇ ਰਹੋ ਸਾਡੀ ਵੀਡੀਓ ਵਿੱਚ अपना पूरा इंजॉय देखो ए धड़ाम कितने चक्के बेटा पा बारिश बरसा रे सावन मजा आ गई हो दसो कमेंट करके दसो मीह किथे किथे पिया साडे लुधियाणे विच अज पै गया है जी काफी दिन तो चार पांच दिन तो पिया ते मतलब पै गया थोड़ा जिहा मौसम ठंडा हो गया नहीं तो गर्मी बहुत ज्यादा बुरा हाल सीगा हुमस सीगा एक तरह नाल हुमस है ना थोड़े पिया हिमाचल च हिमाचल वाले हो कुटना सी कुटदी है हिमाचल वाले नु हां ਕਿੱਦਾਂ ਧੋ ਲੈ ਬਾਲ ਆਹਾ ਸਿਰ ਧੋ ਲੈ ਆਥੇ ਹਾਂ ਬਾਬੂ ਦੇਖੋ ਹਾਂ ਬਾਬੂ ਉਹ ਦੇਖੋ ਉਧਰ ਬਾਬੂ ਕੀ ਕਰਦਾ ਹੈ ਕਿਹੜੇ ਸਾਬਣ ਧੋ ਲਿਆ ਤਾ ਇਹਨੇ ਵਾਲਾ ਕਰੇ ਸ਼ੈਂਪੂ ਨਾਲ ਨਿਖਰਨਾ ਹੈ ਸਾਬਣ ਸੁਬਣ ਨਾਲ ਨਹੀਂ ਨਿਖਰਨਾ ਉਹਨੇ ਕੀ ਨਾ ਕਰ ਪਕੌੜੇ ਬਣਾਓ ਅੱਜ ਜਾ ਕੇ ਸਮੋਸੇ ਨਹੀਂ ਲਿਆਣੇ ਪਕੌੜੇ ਬਣਾਓ ਚੁੱਪ ਕਰਕੇ ਚਲੋ ਬੇਸਣ ਪਿਆ ਏ ਤੇਲ ਪਿਆ ਏ ਗੈਸ ਪਈ ਏ ਕੜਾਹੀ ਪਿਆ ਸਭ ਕੁਝ ਪਿਆ ਪਕੌੜੇ ਬਣਾਣੇ ਅੱਜ ਕਿਉਂ ਸੀ ਨੇ ਉਹ ਆ ਗਏ ਤੇ ਫੇਰ ਉਹ ਦੇਖੋ ਹਟ ਜਾ ਆ ਦੇਖੋ ਇਧਰ ਦੋਸਤੋ ਬੱਚੇ ਲਿਆਏ ਇੱਥੇ ਛੱਲੀਆਂ ਰੇਤ ਵਿੱਚ ਭੁੰਨੀ ਜਾਂਦੀ ਏ ਛੱਲੀ ਸਾਡੇ ਲੁਧਿਆਣੇ ਵਿੱਚ ਆ ਚੁੱਕੀਆਂ ਨੇ ਕਿਉਂਕਿ ਚੱਲ ਰਿਹਾ ਜੂਨ ਮਹੀਨਾ ਤੇ ਇਹ ਛੱਲੀਆਂ ਅਗੇਤੀਆਂ ਹੁੰਦੀਆਂ ਏ ਤੇ ਇਸ ਤਰ੍ਹਾਂ ਦੇਖੋ ਇਧਰ ਨਮਕ ਨਿੰਬੂ ਲੱਗਿਆ ਹੁੰਦਾ ਹੈ ਇਹਨੂੰ ਰੇਤ ਵਿੱਚ ਭੁੰਨੀ ਹੁੰਦੀ ਬੜੀ ਸਵਾਦ ਹੁੰਦੀ ਇਹ ਔਰ ਬੱਚੇ ਵੀ ਲੈ ਕੇ ਆਏ ਪਲੇਟ 'ਚ ਪਾ ਲਓ ਬਾਬੂ ਕੈਸੀ ਹੈ ਸਵਾਦ ਹੈ ਮੰਗੀ ਨਮਕ ਕਹਿੰਦੀ ਇਹ ਭੁੰਨੀ ਵੀ ਹੈ ਭੁੰਨੀ ਵੀ ਨਹੀਂ ਰੇਤ 'ਚ ਭੁੰਨੀ ਹੁੰਦੀ ਹੈ ਮਤਲਬ ਰੇਤ ਵਿੱਚ ਦੱਬੀ ਵੀ ਹੁੰਦੀ ਨਾ ਇਹ ਹਾਂ बड़ी स्वाद है
लाइट बहुत स्वाद है। आज हो रही है भुट्टा पार्टी, मुझे ना फोटो भेजो। हाँ भेजो।